ਗਾਈਸ ਆਪਣੀ ਲੱਗੀ ਹੈ ਹੁਣ ਸ਼ਰਤ, ਪੈਲੀ ਚ ਆਈ ਹੈ ਥਾਰ, ਤੇ ਸ਼ਰਤ ਇਹ ਲੱਗੀ ਹੈ ਕਹਿੰਦਾ ਵੀ ਆਹ ਥਾਰ ਨਾ ਹੈਰੋ ਨੂੰ ਖਿੱਚ ਨਹੀਂ ਸਕਦੀ। ਆਹ ਵੇਖ ਲਓ ਸ਼ਰਤ ਲਾਈਏ 5-5 ਹਜ਼ਾਰ ਦੀ ਦੇਣੇ ਨੇ, ਤੇ ਮੈਂ ਕਹਿੰਦਾ ਖਿੱਚ ਜੇਗੀ। ਸੋ ਹੁਣ ਟਰਾਈ ਕਰਕੇ ਵੇਹਨੇ ਆ ਵੀ ਖਿੱਚਦੀ ਜਾਂ ਨਹੀਂ ਖਿੱਚਦੀ। ਜ਼ਿੰਮੇਵਾਰ ਆ ਵੀ 5 ਹਜ਼ਾਰ ਇਹਨੇ ਦੇਣੇ ਨੇ, ਠੀਕ ਹੈ ਨਾ, ਜ਼ਬਾਨ ਦੀ ਗੱਲ ਹੈ। ਜੇ ਨਹੀਂ ਖਿੱਚੇਗੀ ਤੇ ਮੈਂ ਦਾਂਗਾ। ਸੋ ਅੱਜ ਟਰਾਈ ਕਰਨੇ ਆ ਖਿੱਚਦੀ ਹੈ ਕਿ ਨਹੀਂ, ਤੇ ਕਿੱਲੀ ਆਪਾਂ ਕਰਾਂਗੇ ਤੀਜੀ ਜਾਂ ਚੌਥੀ। ਤੈਨੂੰ ਕੀ ਲੱਗਦਾ ਖਿੱਚ ਲੇਗੀ? ਖਿੱਚ ਲੇਗੀ। ਚੱਲ ਵੇਹਨੇ ਆ ਕਰਨੇ ਆ ਸਟਾਰਟ। ਪੈ ਗਈ ਹੈ ਪ੍ਰੋਪਰ, ਸੋ ਹੁਣ ਲੱਗਾ ਚੌਥੀ ਕਿੱਲੀਆਂ, ਤੀਜੀਆਂ, ਪੰਜਵੀਆਂ, ਛੇਵੀਂ ਚ ਪਾ ਕੇ ਵੇਹਨੇ ਆ ਖਿੱਚਦੀ ਹੈ ਕਿ ਨਹੀਂ ਖਿੱਚਦੀ। ਬਾਕੀ ਤੂੰ 5 ਹਜ਼ਾਰ ਤਿਆਰ ਰੱਖੋ, ਮਿਲਦੇ ਆ 5 ਹਜ਼ਾਰ ਜਿੱਤਣ ਤੋਂ ਬਾਅਦ। ਤਾਂ ਬੇਇੱਜ਼ਤੀ ਨਾ ਕਰਾ ਦੀ। ਬਸ ਮੋੜਾ ਜਾ, ਥੋੜਾ ਜਾ ਇੰਨਾ ਕੋ ਚੱਲ ਆਪੇ ਚੱਲੋ ਚੱਲੀਏ, ਖਿੱਚ ਦੀਏ, ਖਿੱਚ ਦੋ ਅਭੀ ਮਜ਼ਾ ਆਏਗਾ ਨਾ ਭਿੜੋ। ਵਿਖਾ ਦੇ ਕਲੋਜ਼ ਅਪ ਕਰਕੇ
ਲਾਸਟ ਦੀ 8 ਚ ਖੁੱਲਦੀ ਖਿੱਚਦੀ ਵੀ ਏ ਤੇ ਇੱਕ ਹੋਰ ਟਰਾਈ ਕਰਕੇ ਮੈਨੇ ਦੋ ਹੋਰ ਕਰਦੀਆਂ ਖੁੱਲੀਆਂ ਖਿੱਚ ਲੈਗੀ ਕਿ ਨਹੀਂ ਖਿੱਚ ਲੈਗੀ ਹੁਣ ਤਾਂ ਜਦੋਂ 6 ਖਿੱਚ ਲਿਆ ਛੇ ਦਿਨ ਸੋ ਟਰਾਈ ਕਰਕੇ ਮੈਨੇ ਆ 6 ਨਹੀਂ 8 ਖਿੱਚ ਗਈਆਂ ਨੇ ਲਾਸਟ 2 ਪੁਆਇੰਟ ਤੇ ਕਰਕੇ ਫਿਰ ਵੇਖਦੇ ਹਾਂ ਖਿੱਚਦੀ ਏ ਕਿ ਨਹੀਂ ਤੈਨੂੰ ਕੀ ਲੱਗਦਾ ਖਿੱਚੂਗੀ ਹਾਂ ਖਿੱਚੇਗੀ ਹੋ ਗਿਆ ਆਇਓ ਵੇਨੇ ਆ ਫਿਰ 5000 ਰੇਡੀ ਰੱਖੋ ਦੁਬਾਰਾ ਖਿੱਚਣੇ ਆ ਕੋਈ ਗੱਲ ਨਹੀਂ ਸੋ ਫਾਈਨਲੀ ਆਪਣਾ ਹੋ ਗਿਆ ਕੰਪਲੀਟ ਚੈਲੰਜ 5000 ਦੀ ਰੇਡੀ ਕਰੋ ਚਲੋ 5000 ਆ ਗਏ ਚੱਲੀਏ ਆ ਜਾ ਕਰ ਤੇ ਖੋਲ ਦੇ